ਸਿੱਧਵਾਂ ਵਾਲਾ ਜੱਸਾ ਅਗਲੀ ਕਬੱਡੀ ਪਾਉਣ ਲਈ ਜਾਂਦਾ ਹੋਇਆ। ਕਹਿੰਦੇ ਵੀ ਗੱਲ ਖੈੜਾ ਦੋਨਾਂ ਦੀ ਹੋਵੇ, ਚਾਹੇ ਬਿਹਾਰੀਪੁਰ ਦੀ ਚਾਹੇ ਮੋਠਾਂ ਵਾਲ ਤੋਗਾਂ ਵਾਲ ਪੰਡਾਲ ਦੋਨਾਂ ਸਿੱਧਵਾਂ ਦੋਨਾਂ ਖਾਨੋਵਾਲ ਫਿਰ ਸੈਦੋਵਾਲ, ਇਹ ਕਹਿੰਦੇ ਵੀ 10 ਕਿਲੋਮੀਟਰ ਦਾ ਦੋਨੇ ਦਾ ਏਰੀਆ ਬਹੁਤ ਸਾਰੇ ਸੁਪਰਸਟਾਰ ਪੈਦਾ ਕੀਤੇ ਨੇ ਪੰਜਾਬੀ ਵੀਰਿਓ। ਆਓ ਸਿੱਧਵਾਂ ਵਾਲਾ ਜੱਸਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਾਂਦਾ ਹੋਇਆ। ਨਹੀਂ ਤੇਰੀਆਂ ਰੀਸਾਂ ਵੀ ਨੌਜਵਾਨ ਹੈ, ਬਹੁਤ ਮਾਣ ਹੈ ਪ੍ਰੋਫੈਸਰ ਮੱਸਾ ਸਿੰਘ ਇਸਦੇ ਚਾਚੇ ਨੂੰ ਇਸ ਨੌਜਵਾਨ ਦੇ ਉੱਪਰ, ਪਰ ਇੱਕ ਮਠੂਰ ਵਾਲਾ ਕਹਿੰਦੇ ਵੀ ਦੁਨੀਆਂ ਦਾ ਮੰਨਿਆ ਪਰ ਮੰਨਿਆ ਜਾਫੀ ਡੱਕਣ ਦੀ ਇਸ ਸਮੇਂ ਪੂਰੀ ਕੋਸ਼ਿਸ਼ ਦੇ ਵਿੱਚ ਇਹ ਨੌਜਵਾਨ ਮਲਕੀਤ ਸਿੰਘ ਦਾ ਬੇਟਾ ਇੱਕ ਸਧਾਰਨ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਵੱਖਰੀ ਪਹਿਚਾਣ ਏਕਮ ਨੇ, ਨਿਰਭੈ ਨੇ, ਨਾਨਕ ਨੇ ਪੰਜਾਬੀ ਵੀਰਿਓ। ਜਿੱਥੋਂ ਦਾ ਛਾਂਗਾ, ਜਿੱਥੋਂ ਦਾ ਅੰਬੀ, ਜਿੱਥੋਂ ਦਾ ਨਿਸ਼ਾਨ ਵਰਗੇ ਇਹ ਮਸ਼ਹੂਰ ਹੋਏ ਨੇ। ਹਠੂਰ ਦੀ ਧਰਤੀ, ਜਿੱਥੋਂ ਦਾ ਮੰਗਲ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ